ਗਗਨਦੀਪ ਜੀ, ਜਿਹੜਾ ਅੱਜ ਆਪ ਜੀ ਵੱਲੋਂ ਇੱਕ ਪ੍ਰੋਟੈਸਟ ਮਾਰਚ ਕੱਢਿਆ ਗਿਆ ਅਤੇ ਜੋ 84 ਦੇ ਵਿੱਚ ਅਜੇ ਤੱਕ ਇਨਸਾਫ ਨਹੀਂ ਮਿਲ ਪਾਇਆ, ਉਹਦਾ ਕੀ ਕਾਰਨ ਹੈ, ਕੀ ਕਹੋਗੇ? ਦੇਖੋ ਜੀ, ਉਹਦਾ ਇਨਸਾਫ ਕਿਉਂ ਨਹੀਂ ਮਿਲ ਪਾਇਆ? ਕਸੂਰ ਸਾਡੇ ਆਪਣੇ ਅਕਾਲੀ ਦਲ ਬਾਦਲ ਦੇ ਕਸੂਰ ਹਨ ਜੋ ਅਸੀਂ ਇਨਸਾਫ ਨਹੀਂ ਲੈ ਪਾਏ। ਅੱਜ ਤੋਂ 10 ਸਾਲ ਪਹਿਲੇ, 14 ਸਾਲ ਪਹਿਲੇ, 13 ਦਿਨ 13 ਮਹੀਨੇ, 5 ਸਾਲ ਦੀ ਸਰਕਾਰ ਸੀ ਅਟਲ ਬਿਹਾਰੀ ਵਾਜਪੇਈ ਦੀ, ਅਤੇ ਅਕਾਲੀ ਦਲ ਸੈਂਟਰ ਵਿੱਚ ਮਿਨਿਸਟਰੀ ਲੈ ਕੇ ਬੈਠਾ ਸੀ, ਤਾਂ ਇਨਸਾਫ ਨਹੀਂ ਲੈ ਪਾਏ। ਹੁਣ 2014 ਵਿੱਚ ਨਰਿੰਦਰ ਮੋਦੀ ਦੀ ਸਰਕਾਰ ਬਣੀ, ਇਹਨਾਂ ਨੇ ਜੁਮਲਾ ਲਿਆ ਜੀ, ਸਭ ਨੂੰ ਦਿਖਾਇਆ ਉਹਨੂੰ ਮੋਦੀ ਜੀ ਜਿਤਾ ਦਿਓ ਅਤੇ ਅਸੀਂ ਇਹ ਆਪਣਾ ਇਹਨਾਂ ਨੂੰ ਫਾਂਸੀ ਚੜਵਾ ਦਾਂਗੇ, ਇਹਨਾਂ ਨੂੰ ਸਜ਼ਾ ਦਵਾਵਾਂਗੇ। ਹੁਣ ਪੌਣੇ 5 ਸਾਲ ਹੋ ਗਏ, 4 ਮਹੀਨੇ ਬਾਅਦ ਇਲੈਕਸ਼ਨ ਹੈ। ਹੁਣ ਮੈਂ ਸੁਣਿਆ ਜੀ 3 ਤਰੀਕ ਨੂੰ ਸੁਖਬੀਰ ਸਿੰਘ ਬਾਦਲ ਦਿੱਲੀ ਆ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਪਿਛਲੇ 5 ਸਾਲ ਸੁਖਬੀਰ ਸਿੰਘ ਬਾਦਲ ਕਿਹੜੀ ਨੀਂਦ ਸੁੱਤੇ ਪਏ ਸੀ ਜੀ, ਉਹਨਾਂ ਨੂੰ 1984 ਯਾਦ ਨਹੀਂ ਆਈ। ਹੁਣ 3 ਤਰੀਕ ਨੂੰ ਆ ਕੇ ਦਿੱਲੀ ਪਹੁੰਚ ਕੇ ਕੀ ਸਾਬਿਤ ਕਰਨਾ ਚਾਹੁੰਦੇ ਕਿ ਤੁਹਾਨੂੰ ਹੁਣ 5 ਸਾਲ ਬਾਅਦ 1984 ਯਾਦ ਆਈ ਹੈ, ਜਾਂ ਤਾਂ ਸੈਂਟਰ ਦੇ ਉੱਪਰ ਤੁਸੀਂ ਪ੍ਰੈਸ਼ਰ ਬਣਾਉਣਾ ਚਾਹੁੰਦੇ ਹੋ, ਜਾਂ ਆਪਣੀ ਵੋਟ ਬੈਂਕ ਦਿਖਾਉਣਾ ਚਾਹੁੰਦੇ ਹੋ? ਮੈਂ ਇੱਕ ਗੱਲ ਸਮਝਣਾ, ਬਹੁਤ ਦੇਰ ਹੋ ਚੁੱਕੀ ਹੈ, 35 ਸਾਲ ਹੋ ਗਏ ਅੱਜ, ਲੇਕਿਨ ਨਾ ਅਸੀਂ ਕੁਛ ਕਰ ਪਾਏ, ਨਾ ਅਸੀਂ ਇਨਸਾਫ ਲੈ ਪਾਏ। ਅੱਜ 1984 ਜੋ ਸਾਡੇ ਨਾਲ ਕਤਲੇਆਮ ਹੋਇਆ ਅੱਜ ਤੋਂ 34-35 ਸਾਲ ਪਹਿਲੇ, ਕਿਵੇਂ ਮਾਤਾਵਾਂ ਬੀਬੀਆਂ, ਕਿਵੇਂ ਸਾਡੇ ਛੋਟੇ ਵੀਰ ਬਜ਼ੁਰਗਾਂ ਨਾਲ ਟਾਇਰ ਨਾਲ ਗਲੇ ਬਗਾ ਜਲਾਇਆ ਗਿਆ, ਉਹਨਾਂ ਨਾਲ ਕੀ ਕੀ ਗੱਲਾਂ ਹੋਈਆਂ ਸੀ, ਮੂੰਹ ਤੋਂ ਬੋਲ ਨਹੀਂ ਸਕਦੇ। ਲੇਕਿਨ ਜੋ ਅਕਾਲੀ ਦਲ ਬਾਦਲ ਸੈਂਟਰ ਵਿੱਚ ਸੱਤਾ 'ਚ ਹੋਣ ਤੋਂ ਬਾਅਦ ਅਗਰ ਸਿੱਖਾਂ ਨੂੰ ਇਨਸਾਫ ਨਹੀਂ ਦਵਾ ਪਾਏ, ਉਹ ਗੁਰਦੁਆਰਾ SGPC ਦੇ ਵੀ ਤੁਹਾਡੇ ਅੰਡਰ ਹੋ ਕੇ ਤੁਸੀਂ ਕੋਈ ਪ੍ਰੈਸ਼ਰ ਨਹੀਂ ਬਣਾ ਪਾਏ, ਇਹ ਸਭ ਤੋਂ ਵੱਡੀ ਕਮੀ ਅਕਾਲੀ ਦਲ ਬਾਦਲ ਵਿੱਚ ਹੈ ਜੋ ਸਾਨੂੰ ਇਨਸਾਫ ਨਹੀਂ ਮਿਲਿਆ। ਅਤੇ ਦੂਜੀ ਗੱਲ, ਅਸੀਂ ਅਖਿਲ ਦੰਗਾ ਪੀੜਤ ਦਾ ਰੱਖਿਆ ਸੀ ਪ੍ਰੋਗਰਾਮ, ਕੁਲਦੀਪ ਸਿੰਘ ਭੋਗਲ ਨੇ ਉਹਨਾਂ ਨੇ ਪ੍ਰੋਗਰਾਮ ਰੱਖਿਆ ਸੀ, ਸਾਨੂੰ ਸੀ ਕਿ ਇਹ ਵਿਦਾਊਟ ਐਨੀ ਪਾਰਟੀ ਹੋਏਗਾ, ਲੇਕਿਨ ਉੱਥੇ ਜਦ ਪਰਮਜੀਤ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਪੱਪੂ ਆ ਕੇ ਖੜਾ ਹੋਇਆ, ਅਸੀਂ ਉਹਦਾ ਬਾਈਕਾਟ ਕੀਤਾ। ਸਾਡੇ ਨਾਲ 50-60-70 ਬੰਦੇ ਸੀ, ਨਿਹੰਗ ਸਿੰਘ ਜਥੇਬੰਦੀ ਸੀ ਪੂਰੀ, ਉਹਨਾਂ ਨੇ ਬਾਈਕਾਟ ਕੀਤਾ। ਮੈਂ ਉਹ ਸਾਰੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਹੈ, ਬਿਲਕੁਲ ਅਸੀਂ ਬਾਈਕਾਟ ਕੀਤਾ ਕਿਉਂਕਿ ਮਨਜੀਤ ਸਿੰਘ ਜੀਕੇ 'ਤੇ ਗੋਲਕ ਚੋਰ ਦਾ ਬਹੁਤ ਵੱਡਾ ਧੱਬਾ ਲੱਗ ਚੁੱਕਿਆ, ਉਹ ਸਾਬਿਤ ਹੋ ਚੁੱਕਿਆ। ਰਾਣਾ ਵੀ ਉਸ ਕਮੇਟੀ ਦਾ ਹੈਗਾ, ਅਮਰਜੀਤ ਸਿੰਘ ਪੱਪੂ ਨੇ ਜਿਹੜੇ ਜਾਅਲੀ ਸਾਈਨ ਕੀਤੇ ਹਨ, ਜਿਹੜੇ 24-24, 25-25 ਲੱਖ ਰੁਪਏ ਦੇ ਚੈੱਕ ਪਾਸ ਕੀਤੇ ਹਨ, ਉਹਦਾ ਮੁੰਡਾ ਉੱਥੇ ਖੜਾ ਆ। ਅਸੀਂ ਉਸੇ ਟਾਈਮ ਬੰਗਲਾ ਸਾਹਿਬ ਅਰਦਾਸ ਹੋਣ ਤੋਂ ਪਹਿਲੇ ਹੀ ਅਸੀਂ ਇਹਨਾਂ ਦਾ ਬਾਈਕਆਊਟ ਕਰਕੇ ਉੱਥੋਂ ਚਾਲੇ ਪਾਏ ਤੇ। ਲੇਕਿਨ ਮੈਂ ਸੋਸ਼ਲ ਮੀਡੀਆ 'ਤੇ ਉਹ ਸਾਰੀ ਫੋਟੋਆਂ ਪਾਈਆਂ, ਜਿਹੜੇ 70-80 ਬੰਦਾ ਸਾਡੇ ਨਾਲ ਸੀ, ਉਹਨਾਂ ਨੇ ਨਿਹੰਗ ਜਥੇਬੰਦੀਆਂ ਨੇ ਉਹਨਾਂ ਦਾ ਬਾਈਕਆਊਟ ਕੀਤਾ। ਕਹਿੰਦੇ ਬਿਲਕੁਲ ਅਸੀਂ ਬਾਦਲ ਪਾਰਟੀ ਨਾਲ ਨਹੀਂ ਖੜ੍ਹ ਸਕਦੇ, ਅਸੀਂ ਪਰਮਜੀਤ ਸਿੰਘ ਰਾਣਾ ਨਾਲ ਨਹੀਂ ਖੜ੍ਹ ਸਕਦੇ, ਅਸੀਂ ਬਾਦਲ ਦਲ ਦਾ ਜਿਹੜਾ ਬੰਦਾ ਜਦ ਤੱਕ ਗੋਲਕ ਦਾ ਹਿਸਾਬ ਨਹੀਂ ਦੇਗਾ, ਗੁਰੂ ਤੇਗ ਬਹਾਦਰ ਸਾਹਿਬ ਦੀ ਜੇ ਗੋਲਕ ਨੇ ਲੁੱਟੀ ਹੈ, ਜਦ ਤੱਕ ਹਿਸਾਬ ਨਹੀਂ ਦਾਂਗੇ ਅਸੀਂ ਬਿਲਕੁਲ ਇਹਨਾਂ ਨਾਲ ਖੜ੍ਹੇ ਨਹੀਂ ਹੋਵਾਂਗੇ। ਅਸੀਂ ਇਹਨਾਂ ਨੂੰ ਬਾਈਕਆਊਟ, ਅੱਜ ਕੁਲਦੀਪ ਸਿੰਘ ਭੋਗਲ ਦਾ ਵੀ ਅਸੀਂ ਬਾਈਕਆਊਟ ਕਰਨੇ ਹਾਂ, ਅਖਿਲ ਦੰਗਾ ਪੀੜਤ ਦਾ ਇੱਕ ਓਟ ਆਸਰਾ ਦਿਖਾ ਕੇ, ਜੁਮਲਾ ਦਿਖਾ ਕੇ ਅੰਦਰੋਂ ਬਾਦਲ ਅਕਾਲੀ ਦਲ ਦੇ ਬੰਦੇ ਨਾਲ ਖੜ੍ਹੇ ਕਰਕੇ ਲਿਆ ਕੇ ਖੜ੍ਹੇ ਕਰਤੇ, ਲੇਕਿਨ ਅਸੀਂ ਉਹਦਾ ਬਾਈਕਆਊਟ ਕੀਤਾ। ਅਸੀਂ ਬਿਲਕੁਲ ਦਿੱਲੀ ਦੇ ਸੰਗਤ ਨੂੰ ਕਹਿਣਾ ਚਾਹੁੰਦੇ ਹਾਂ, ਜਿੱਥੇ ਹੈ 5 ਤਸਵੀਰਾਂ ਮਿਲਣ, ਅਮਰਜੀਤ ਸਿੰਘ ਪੱਪੂ ਹੋਏ, ਰਾਣਾ ਹੋਏ, ਮਨਜੀਤ ਸਿੰਘ ਜੀਕੇ ਹੋਏ, ਹਰਜੀਤ ਸਿੰਘ ਸੂਬੇਦਾਰ ਹੋਏ, ਹੋਰ ਇਹਨਾਂ ਦੇ ਜਿਹੜੇ ਕਾਲਕਾ ਹੋਏ, ਇਹਨਾਂ ਦਾ ਬਾਈਕਆਊਟ ਕਰੋ। ਜਿੱਥੇ ਹੋ ਇਹਨਾਂ ਨੂੰ ਜਿਸ ਸਟੇਜ 'ਤੇ ਖੜ੍ਹੇ ਹੋਣ ਇਹਨਾਂ ਨੂੰ ਥੱਲੇ ਲਾਓ, ਇਹਨਾਂ ਕੋਈ ਹਿਸਾਬ ਪੁੱਛੋ ਕਿ ਗੁਰੂ ਦੀ ਗੋਲਕ ਕਿੱਥੇ ਗਈ, 25-25 ਲੱਖ ਰੁਪਇਆ, 40-40-50 ਲੱਖ ਰੁਪਇਆ। ਹੋਰ ਇੱਕ ਗੱਲ ਪਤਾ ਲੱਗੀ, ਜਿਹੜਾ ਰਣਜੀਤ ਸਿੰਘ ਹੈੱਡ ਗ੍ਰੰਥੀ ਬਗਲਾ ਸਾਹਿਬ, ਜਿਹਦੇ 24 ਲੱਖ ਰੁਪਏ ਦਾ ਗਬਨ ਦਾ ਹੋ ਗਿਆ ਕਿ ਉਹਨੂੰ ਨਗਦ ਕੋਈ ਦੇ ਗਿਆ ਸੀ, ਉਹਨੇ ਕਿਹਾ ਕਿ ਮੈਂ ਪ੍ਰਧਾਨ ਤੈਨ, ਅੱਜ ਉਹ ਵੀ ਅਮਰੀਕਾ ਚਲਾ ਗਿਆ ਕਿਉਂਕਿ ਉਹਨੂੰ ਪਤਾ ਲੱਗ ਗਿਆ ਕਿ ਮੇਰੇ ਖਿਲਾਫ਼ ਨਾ ਕੋਈ ਮੋਰਚਾ ਖੁੱਲ੍ਹੇ। ਉਸ ਤੋਂ ਪਹਿਲਾਂ ਸਵੇਰ ਦੀ 5 ਵਜੇ ਦੀ ਫਲਾਈਟ ਪਕੜ ਕੇ ਉਹ ਵੀ ਅੱਜ ਅਮਰੀਕਾ ਚਲਾ ਗਿਆ।